ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹ ਜੀ। ਦੋਸਤੋ, ਕੋਈ ਨੈੱਟ ਪ੍ਰੋਬਲਮ ਹੋ ਗਈ ਸੀ, ਸਿਗਨਲ ਵੀਕ ਹੋ ਗਏ ਸੀ, ਉਹਦੀ ਵਜ੍ਹਾ ਤੋਂ ਬੰਦ ਹੋ ਗਏ ਲਾਈਵ ਅਸੀਂ ਬਣਾ ਰਹੇ ਸੀ, ਅਤੇ ਹੁਣ ਦੁਬਾਰਾ ਫਿਰ ਕਾਲੇ ਕਬੂਤਰ ਦਾ ਤੁਹਾਨੂੰ ਸ਼ੋ ਕਰਾ ਰਹੇ ਸਾਂ। ਬੜੇ ਸ਼ਾਨਦਾਰ ਕਬੂਤਰ, ਸਭ ਤੋਂ ਜ਼ਿਆਦਾ ਪਸੰਦ ਆਇਆ। ਇਹ ਦੁਬਾਰਾ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਹੋ ਗਿਆ। ਪਰ ਕਿੱਲੀ ਜਿਸ ਤਰ੍ਹਾਂ, ਯਾਨੀ ਮੈਂ ਜ਼ਿਕਰ ਕਰ ਰਿਹਾ ਸੀ ਕਾਲੇ ਕਬੂਤਰਾਂ ਦੀ, ਬੜੀ ਦੇਰ ਬਾਅਦ ਨਾ ਬਲਕਿ ਇੱਕ ਅਰਸੇ ਬਾਅਦ ਐਡਾ ਅੱਛਾ ਮੈਂ ਕਬੂਤਰ ਦੇਖਿਆ। ਮੈਂ ਬੜੇ ਕਬੂਤਰ ਦੇਖਣਾ, ਅਲਹਮਦੁਲਿਲਾ ਜ਼ਿਆਦਾ ਕਬੂਤਰ ਦੇਖੇ ਨੇ, ਲੇਕਿਨ ਇਸ ਕਲਰ 'ਚ ਐਡਾ ਅੱਛਾ ਕਬੂਤਰ ਮੈਂ ਬੜੀ ਦੇਰ ਬਾਅਦ ਦੇਖਿਆ। ਅਤੇ ਕੀ ਕਹਿ ਰਹੇ ਸੀ ਤੁਸੀਂ ਇਸ ਕਬੂਤਰ ਦਾ? ਸਹੀ ਹੈ, ਬਹੁਤ ਅੱਛਾ ਕਬੂਤਰ, ਸੁਪਰ ਕਲਾਸ ਕਬੂਤਰ। ਚਲੋ ਮਾਦੀ ਵੀ ਦੇਖਦੇ ਹਾਂ ਇਨਸ਼ਾਅੱਲਾ। ਤੁਸੀਂ ਆਓ ਹਜ਼ਰਤ, ਕੈਮਰਾ ਫੜੋਗੇ ਉਹਦਾ, ਉਧਰ ਦਿਖਾਓ, ਦਿਖਾਓ ਮਾਦੀ। ਚਲੋ ਆ ਜਾਂਦੀ ਹੈ, ਬਾਕੀ ਬੁਰਾ ਹਾਲ ਹੈ। ਜਿੱਡਾ ਅੱਛਾ ਹੋਵੇ ਉੱਡੀ ਖਰਾਬ ਹੈ। ਅਤੇ ਕਾਲਾ ਨਾਰੇ ਮਾਦੀ ਨਾਰੀ ਲੱਗ ਰਿਹਾ, ਇਹ ਨਹੀਂ ਠੀਕ ਹੈ। ਉਹ ਬਹੁਤ ਸਟੈਂਡਰਡ ਦਾ ਕਬੂਤਰ, ਇਹ ਵੀ ਨਹੀਂ ਵਧੀਆ ਜੀ। ਉਹ ਕਾਲਾ ਬਹੁਤ ਸੁਪਰ ਕਬੂਤਰ ਹੈ, ਇਹ ਉਹਦੇ ਕੋਲੋਂ ਨਹੀਂ ਲੱਗਦੀ, ਭਾਵੇਂ ਉਹਦੇ ਨਾਲ ਲੱਗੀ ਨਾਲ ਲੱਗੀ ਨਾ, ਨਹੀਂ ਅੱਛੀ ਲੱਗੀ। ਉਹ ਬਹੁਤ ਅੱਛਾ, ਇਹ ਨਹੀਂ ਵਧੀਆ ਜੀ। ਪਹਿਲਾਂ ਕੋਈ ਅੱਛੀ ਮਰਜ਼ੀ ਲਾਓਗੇ ਉਹਦੇ 'ਚ, ਜਿੰਨੇ ਮਰਜ਼ੀ ਬਣਾ ਲਓ ਡਾਲੋ, ਐਸਾ ਕਬੂਤਰ ਕੀਮਤੀ ਕਬੂਤਰ ਹੈਗਾ। ਤੁਹਾਡੇ ਬਹੁਤ ਵਧੀਆ ਹਾਲੇ ਤੱਕ ਆਏ ਨੇ, ਬਾਕੀ ਗੁਜ਼ਾਰੇ ਗੁਜ਼ਾਰੇ ਵਾਲੇ ਨੇ, ਕਾਲੇ ਵਰਗਾ ਕੋਈ ਕਬੂਤਰ ਨਹੀਂ ਆਇਆ। ਅੱਛਾ ਅੱਛਾ, ਕਾਲਾ ਕਬੂਤਰ ਅੱਛਾ, ਰਾਮਪੁਰੀ ਕਬੂਤਰ, ਏਜ ਇਹਦੀ ਕਾਫੀ ਹੈ, ਲੇਕਿਨ ਅੱਛਾ ਕਬੂਤਰ ਹੈ, ਉਮਰ ਸੀਗਾ ਕਬੂਤਰ ਕਾਫੀ ਉਮਰ ਹੈ। ਦੁੰਮ ਪੜੋ, ਦੁੰਮ ਕੱਢਦੀ ਹੈ, ਵਧੀਆ ਕਬੂਤਰ, ਇਹ ਵੀ ਬਹੁਤ ਅੱਛਾ ਕਬੂਤਰ ਹੈ। ਕਸੂਰੀ ਕਬੂਤਰ ਹੈ, ਅੱਛਾ ਕਬੂਤਰ ਹੈ। ਤੁਹਾਡੀ ਚਾਏ ਠੰਡੀ ਹੋ ਜਾਣੀ, ਚਾਏ ਪੀ ਲਓ ਫਿਰ ਲਾਈਵ ਵੀਡੀਓ। ਚਲੋ ਦੋਸਤੋ, ਤੁਹਾਡੇ ਕੋਲ ਥੋੜ੍ਹੀ ਇਜਾਜ਼ਤ ਲੈਂਦੇ ਹਾਂ, ਚਾਏ ਠੰਡੀ ਹੋ ਜਾਣੀ ਹੈ, ਅਤੇ ਫਿਰ ਬਾਅਦ 'ਚ ਉਹਨਾਂ ਇਨਸ਼ਾਅੱਲਾ ਲਾਈਵ ਚਲਾਉਣੀ।